पुलिस दे जदों दे नवें डीजीपी आए हैगे आ उन्होंने परिवार नूं आके मिल के दुख भी सांझा कीता है और विश्वास भी दवाया परिवार नूं कि जिहड़ी इन्वेस्टिगेशन अगे लैके जावांगे। असीं तां अज परिवार नूं जो जदों सिद्धू मूसेवाले इस दुनिया तों चले गए सी एक परिवार दे विच बैठ के परिवार दा हिस्सा होण करके एक एक आपदे वल्लों एक फर्ज निभाउण वाली गल कीती सी उसके तहत लगातार परिवार नाल जुड़े हुए हैं और अज भी एक प्राइवेट विजिट के तहत परिवार को मिलने आए थे। परिवार में बैठे याद ताज़ा कीतियाँ सिद्धू मूसेवाले को याद किया और जिहड़ा उन्हां दा मेमोरियल है उत्थे उहदे बारे गलबात की। दौरा नहीं यार आपके परिवार को मिलने वास्ते आए हैं, काफी दिनों तो चाहत सी फोन पर गलबात होंदी सी तो मैं क्या पता लेके आवां। परसों चौथे भी संपर्क किया सी उदों फिर मैं कल हॉस्पिटल दिखाउण गई सी। साडा फर्ज ही बनता है आपदे फर्जां दी पूर्ति करदे होए अज भाई भोला जी होरां नूं ते माता जी होरां नूं मिलना सी। उस तों संतुष्ट हो क्योंकि ना तां हथियार फड़े गए ना ही मास्टरमाइंड कोई फड़िया गया। देखो जी साडा जिगर दा टुकड़ा और जिहनूं दुनिया इन्नी प्यार करदी सी उह चला गया, वो मुड़ हुण वापस नहीं आना। पर हाँ किते ना किते मन नूं इह जरूर है कि वो सारे लोग जिन्होंने ये साजिशां रचियां जिन्होंने ये सब कुछ किया कराया किते ना किते रब उन्हां नूं भी सजा मिले तो इन्हें नाल मेरा ख्याल माँ प्यो नूं ते उन्हां लोकां नूं प्यार करन वाले नूं मूसेवाला साहब नूं जिहड़े प्यार करदे सी उन्हां नूं मन नूं शांति तो मिलती है। ਤੁਸੀਂ ਦੇਖਿਆ ਹੋਣਾ ਉਹ ਲੜਕੇ ਜਿਹੜੇ ਮਾਰੇ ਗਏ, ਹਾਲਾਂਕਿ ਉਹ ਵੀ ਇੱਕ ਦੁਖਦਾਇਕ ਘਟਨਾ ਸੀ ਪਰ ਨਾਲ ਨਾਲ ਬੁਰੇ ਕੰਮਾਂ ਦੇ ਬੁਰੇ ਨਤੀਜੇ। ਮਾਂ ਨੇ ਕਿਹਾ ਉਹਨਾਂ ਦੀ ਨੇ ਕਿ ਜਦੋਂ ਮਾੜੇ ਕੰਮ ਕਰਨਗੇ ਤਾਂ ਫਿਰ ਮਾੜੇ ਨਤੀਜੇ ਹੋਣਗੇ। ਉਹ ਇੱਕ ਸਕੀਮ ਨਹੀਂ ਬੰਦ ਜੀ, ਹਜ਼ਾਰਾਂ ਸਕੀਮਾਂ ਬੰਦ ਹੋ ਜਾਣੀਆਂ। ਇਹ ਲੋਕਾਂ ਨੂੰ ਕਹਿੰਦੇ ਆ ਕਿ ਅਸੀਂ ਤਾਂ ਇੱਥੇ ਮਹੱਲਾ ਕਲੀਨਿਕ ਬਣਾਉਣੇ ਆ। ਅੱਜ ਹਜ਼ਾਰਾਂ ਲੋਕ ਆਪਦੇ ਇਲਾਜ ਲਈ ਤਰਸ ਰਹੇ ਨੇ। ਉਹ 5 ਲੱਖ ਰੁਪਏ ਦਾ ਜਿਹੜਾ ਕਾਰਡ ਬਣਿਆ ਹੋਇਆ ਸੀ ਜਿਹਦੇ 'ਚ ਹਰ ਵਿਅਕਤੀ ਦਾ ਇਲਾਜ ਹੋ ਜਾਂਦਾ ਸੀ, ਅੱਜ PGI ਨੇ ਵੀ ਉਹਦਾ ਜਵਾਬ ਦਿੱਤਾ। ਪਰ ਮੇਰਾ ਖਿਆਲ ਇਹ ਤਾਂ ਅੱਜ 5-6-7 ਮਹੀਨੇ ਹੋ ਗਏ ਬੰਦ ਪਈ ਹੈ ਸਕੀਮ। ਮੈਨੂੰ ਲੱਗਦਾ ਸਰਕਾਰ ਨੂੰ ਇਹਦੇ ਵੱਲ ਤਵੱਜੋ ਦੇਣੀ ਚਾਹੀਦੀ ਹੈ, ਨਾ ਕਿ ਐਵੇਂ ਫੋਕੀ ਵਾਹਵਾ ਤੇ ਸ਼ੋਹਰਤ ਵਾਸਤੇ ਕਿ ਅਸੀਂ ਮੁਹੱਲਾ ਕਲੀਨਿਕ ਬਣਾ ਤੇ ਇੱਥੇ ਇਲਾਜ ਹੁੰਦਾ ਹੈ। ਡਾਕਟਰ ਛੱਡ ਕੇ ਜਾ ਰਹੇ ਨੇ ਰੋਜ਼ਾਨਾ, ਕਈ ਲੋਕਾਂ ਨੇ ਅਸਤੀਫੇ ਦੇ ਦਿੱਤੇ ਨੇ, ਲੋਕਾਂ ਨੂੰ ਸੁਖਾਵਾਂ ਮਾਹੌਲ ਨਹੀਂ ਨਜ਼ਰ ਆ ਰਿਹਾ। ਸੋ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਇਹਦੇ ਵੱਲ ਧਿਆਨ ਦੇਣ। ਅੱਜ ਕਈ ਦਿਨਾਂ ਤੋਂ ਡਾਕਟਰ ਸਾਹਿਬਾਨਾਂ ਦੀ ਇਹ ਮੰਗ ਹੈ ਕਿ ਜਿਹੜਾ ਹੈਲਥ ਮਿਨਿਸਟਰ ਹੈ ਉਹ ਅਸਤੀਫਾ ਦੇਣ। ਹਾਲਾਂਕਿ ਮੈਂ ਤਾਂ ਇਹ ਆਖੀ ਸੀ ਗੱਲ ਕਿਉਂਕਿ ਮੈਂ ਆਖਿਆ ਸੀ ਮਾਫ਼ੀ ਮੰਗ ਲੈਣ, ਪਰ ਅੱਜ ਤੱਕ ਐਡੀ ਕਿਹੜੀ ਹੋਮੇ 'ਚ ਭਰੇ ਨੇ ਕਿ ਮਾਫ਼ੀ ਨਹੀਂ ਮੰਗੀ ਗਈ। ਉਲਟਾ ਮੇਰੇ ਵਰਗੇ ਲੋਕਾਂ ਦਾ ਵਿਰੋਧ ਕਰਾਇਆ ਜਾ ਰਿਹਾ ਜਿਹੜੇ ਡਾਕਟਰ ਸਾਹਿਬ ਨੂੰ ਜਾ ਕੇ ਉਹਨਾਂ ਦਾ ਹਾਲ ਚਾਲ ਪੁੱਛ ਕੇ। ਵੇਖੋ ਇੱਕ ਪੰਜਾਬ ਦੇ ਵਸਨੀਕ ਦਾ ਇੱਕ ਚੰਗੇ ਡਾਕਟਰ ਨੂੰ ਜਾ ਕੇ ਹਾਲ ਚਾਲ ਪੁੱਛਣਾ ਔਰ ਤੂੰ ਮਾਫ਼ੀ ਮੰਗਣੀ, ਉਹਨਾਂ ਨੂੰ ਇਹ ਕਹਿਣਾ ਕਿ ਜੇ ਤੁਹਾਡਾ ਦਿਲ ਦੁਖਿਆ ਤਾਂ ਅਸੀਂ ਇਸ ਗੱਲ ਦੀ ਮਾਫ਼ੀ ਮੰਗਦੇ ਹਾਂ। ਉਹਦਾ ਕਾਰਨ ਇਹ ਸੀ ਕਿ ਅਗਰ ਉਹ ਦੁਬਾਰਾ ਨੌਕਰੀ ਤੇ ਆਉਂਦੇ ਹੈ ਤੇ ਕਈ ਐਸੇ ਪੀੜਤਾਂ ਦਾ ਹੋਰ ਇਲਾਜ ਹੋ ਪਾਏਗਾ। ਸੋ ਲੇਕਿਨ ਹਜੇ ਵੀ ਇਹਦੇ ਵਿੱਚ ਕ੍ਰਿਟਿਸਿਜ਼ਮ ਹੋ ਰਿਹਾ, ਜਾਣ ਬੁੱਝ ਕੇ ਨੋਕ ਚੋਕ ਹੋ ਰਹੀ ਹੈ, ਜਾਣ ਬੁੱਝ ਕੇ ਨਰਸਿਸ ਨੂੰ ਜਾਂ ਹੋਰ ਲੋਕਾਂ ਨੂੰ ਖੜੇ ਕਰਕੇ ਜਿਹੜੇ ਲੋਕ ਉਹਨਾਂ ਨਾਲ ਹਮਦਰਦੀ ਪ੍ਰਗਟਾ ਰਹੇ ਨੇ ਜਾਂ ਉਹਨਾਂ ਨੂੰ ਹਾਂ ਦਾ ਨਾਰਾ ਮਾਰ ਰਹੇ ਉਹਨਾਂ ਦੇ ਖਿਲਾਫ ਕੀਤਾ ਜਾ ਰਿਹਾ। ਸਿਹਤ ਮੰਤਰੀ ਸਾਹਿਬ ਲਗਾਤਾਰ ਦੌਰੇ ਤੇ ਨੇ ਪਰ ਕਰੋਨਾ ਲਗਾਤਾਰ ਵੱਧ ਰਿਹਾ ਹੈ। ਹਾਂਜੀ ਕਰੋਨਾ ਲਗਾਤਾਰ ਵੱਧ ਰਿਹਾ, ਸਿਹਤ ਮੰਤਰੀ ਦੌਰੇ ਕਰ ਰਹੇ ਨੇ ਪਰ। ਸੋ ਮੈਂ ਉਹੀ ਤਾਂ ਕਹਿ ਰਿਹਾ ਕਿ ਜੇ ਡਾਕਟਰ ਸਾਹਿਬਾਨ ਚਲੇ ਗਏ ਤੇ ਇਹਨਾਂ ਦੇ ਦੌਰੇ ਦੂਰੇ ਸਭ ਫੇਲ ਹੋ ਜਾਣਗੇ। ਧਿਆਨ ਦੇਣਾ ਚਾਹੀਦਾ ਕਿ ਹੋ ਸਕਦਾ ਕਰੋਨਾ ਦੀ ਜਿਹੜੀ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਵਾਧਾ ਹੋ ਰਿਹਾ ਹੈ ਕੱਲ ਨੂੰ ਦੁਬਾਰਾ ਐਸੀ ਸਥਿਤੀ ਪੈਦਾ ਹੋਗੀ ਤਾਂ ਫਿਰ ਦੁਬਾਰੇ ਰਾਜ ਬਹਾਦਰ ਜੀ ਨੂੰ ਲੱਭਣਗੇ। ਸੋ ਪਹਿਲਾਂ ਹੀ ਇਸ ਤੇ ਨਜ਼ਰ ਮਾਰਨੀ ਚਾਹੀਦੀ ਹੈ ਔਰ ਬੜਾ ਗੰਭੀਰਤਾ ਦੇ ਨਾਲ ਇਸ ਸਿਹਤ ਡਿਪਾਰਟਮੈਂਟ ਨੂੰ ਲੈਣਾ ਚਾਹੀਦਾ। ਪੰਚਾਇਤੀ ਜ਼ਮੀਨਾਂ ਤੇ ਰਾਜੇ ਜੀ ਕਹਿ ਰਹੇ ਹੈ ਕਿ ਲਗਾਤਾਰ ਅਸੀਂ ਛੁਡਾ ਰਹੇ ਹਾਂ ਤੇ ਕਾਂਗਰਸ ਨੇ ਇਹਨਾਂ ਤੇ ਕਬਜ਼ਾ ਕਰਵਾਇਆ ਹੈ। ਅਸੀਂ ਤਾਂ ਕਿਸੇ ਤੇ ਕਬਜ਼ਾ ਨਹੀਂ ਕਰਾਇਆ, ਨਾਲੇ ਪਤਾ ਲੱਗ ਜੂਗਾ ਵੀ ਛੁਡਵਾ ਕਿੰਨੀਆਂ ਰਹੇ ਤੇ ਕੀ ਨਹੀਂ। ਹਜੇ ਜੋ ਇਵੇਂ ਕਹਾਣੀ ਹੈ ਕਿਤੇ ਜਾ ਕੇ ਕਹਿੰਦੇ ਅਸੀਂ 250 ਤੇ ਕਬਜ਼ਾ ਛੁਡਾ ਲਿਆ, ਤੁਸੀਂ ਵੇਖਿਆ ਵੀ ਕਿਸੇ ਦੀ ਕੋਠੀ ਪਾਈ ਜਿਹੜੀ ਛੁਡਾ ਲਈ ਇਹਨਾਂ ਨੇ, ਤੁਸੀਂ ਵੇਖਿਆ ਵੀ ਕਿਸੇ ਦੇ ਟਰੈਕਟਰ ਖੜੇ ਉਹ ਧੂ ਕੇ ਲਿਆ, ਇਹ ਕਾਹਦਾ ਕਬਜ਼ਾ ਸੀ? ਕਬਜ਼ਾ ਤੇ ਵਿਖਾ ਦਿੱਤਾ ਗਿਆ ਵੀ ਆਹ 250 ਏਕੜ ਅਸੀਂ ਛੁਡਾ ਲਈ। ਉਹ ਕਿਤੇ ਨਾ ਤਾਂ ਵਿਖੀ ਨਾ ਕਾਰਨ, ਉਹ ਜੰਗਲ 'ਚ ਚਲੇ ਗਏ, ਉਹ ਪਹਾੜੀਆਂ ਚਲੇ ਗਈ ਵੀ ਆਹ ਇਹਦਾ ਕਬਜ਼ਾ ਸੀਗਾ ਅਸੀਂ ਛੁਡਾ ਲਿਆ। ਕਿਸੇ ਦਾ ਘਰ ਢਾਇਆ ਹੋਵੇ ਉਹਦਾ ਘਰ ਕਬਜ਼ੇ 'ਚ ਲਿਆ ਹੋਵੇ, ਕਿਸੇ ਦਾ ਟਰੈਕਟਰ ਗੱਡੀ ਕਬਜ਼ੇ 'ਚ ਲਿਆ ਹੋਵੇ, ਕਿਸੇ ਦੇ ਹਲ ਸੰਦ ਕਬਜ਼ੇ 'ਚ ਲਏ ਹੋਣ,
एक बैठ के जंगल जी च आसे पासे झाड़ियां च कहता भी 2800 acres ते जिहड़ा असीं कब्जा छड़ा रहे हैं। थोड़ी कब्जा ना किसी ने किया ना छड़ाया, चंगी गल है पंचायती जमीना ते जे लोगों के कब्जे किए छड़ाने चाहिए, पर एवें ड्रामेबाजी ना करो भी असीं फलाना छड़ाया। वह तो खाली पे आ उत्थे, जां तां तुसीं विखाओ भी फलां बंदे का कब्जा है, जिथे जिन्हां का कब्जा है जिथे वड्डे वड्डे महल बने हुए हैं छड़ाओ जां तां उन्हां तों, एवें खाली पईआं जमीनां नूं विखाई जांदे हैं। वड्डे वड्डे लोगों के महल पे है, आम आदमी पार्टी ये दसदी है भी आ पहाड़ियां च है सारा कुछ, जिथे सारा कुछ है उधर नूं तां कोई नज़र भी नहीं मारदा।